डियर स्टूडेंट्स, आज बच्चों आप दूसरे कवि तनी राम चात्रिक दियाँ कवितावां शुरू करन जा रहे हैं। तनी राम चात्रिक नू लाला तनी राम चात्रिक कहा जाता सी। ये पंजाबी दे आधुनिक श्रोमणी कवियों विचों सन। इन्हां दी कविता दे विच पंजाब दा सभ्याचार ठाठा मारदा, पंजाबी बोली दे नाल भी इन्हां दा गूढ़ा प्यार है ते उन्हां दी भाषा भी बहुत सरल ते सादी है। उन्हां दी पहली कविता है वेंदा चाहे। तां इस कविता दे विच कवि ने नदी दे पानी दे पहाड़ां तों उतरन ते फिर मैदानां दे विच बह के समुंदर नाल मिलना ते फिर सूरज दी गर्मी खा के भाव दे रूप विच बदल बन जाना ते आसमान ते जा चढ़ना ते फिर मीह दे रूप विच पर्वतां दे उपर वर जाना। तो इस दा वर्णन करदिया होया इस दी तुलना जिहड़ी है कवि ने मनुख दे प्रभु तो विछड़न ते फिर प्रभु दे नाल मिलन दा जो भेद आ उस दा वर्णन किया गया। उत्तर पहाड़ों डिगदा ढहिंदा चक्कर खांदा तफे सहिंदा, तफे दा मतलब क्या तफे, नाल चटाना खेंदा खेंदा नीर नदी दा वेंदा जाए, नीर दा भावा पाणी। ਤਾਂ ਕਵੀ ਕਹਿੰਦਾ ਹੈ ਕਿ ਨਦੀ ਦਾ ਪਾਣੀ ਪਹਾੜਾਂ ਤੋਂ ਲਹਿੰਦਾ ਆ ਰਿਹਾ, ਭਾਵ ਕਿ ਹੇਠਾਂ ਉੱਤਰਦਾ ਆ ਰਿਹਾ ਅਤੇ ਇਹ ਪਾਣੀ ਕਿਸ ਤਰ੍ਹਾਂ ਆਉਂਦਾ ਹੈ? ਕਹਿੰਦੇ ਡਿੱਗਦਾ ਢਹਿੰਦਾ ਚੱਕਰ ਖਾਂਦਾ ਤੱਫੇ ਸਹਿੰਦਾ ਅਤੇ ਚਟਾਨਾਂ ਦੇ ਨਾਲ ਖਹਿੰਦਾ ਹੋਇਆ, ਭਾਵ ਕਿ ਚਟਾਨਾਂ ਦੇ ਵਿੱਚ ਵੱਜਦਾ ਹੋਇਆ ਹੇਠਾਂ ਉਤਰਦਾ। ਇਸ ਤਰ੍ਹਾਂ ਇਹ ਪਹਾੜ ਤੋਂ ਉਤਰ ਕੇ ਨਦੀ ਦਾ ਇਹ ਪਾਣੀ ਅੱਗੇ ਹੀ ਅੱਗੇ ਚਲਿਆ ਆਉਂਦਾ ਹੈਗਾ। ਰਾਤ ਤੁਰਦਾ ਅਸਮਾਨੀ ਤਾਰਾ ਲਹਿਰਾਂ ਵਿੱਚ ਪਾ ਪਾ ਚਲਕਾਰਾ। ਤਾਂ ਕਵੀ ਕਹਿੰਦਾ ਹੈ ਕਿ ਆਪਣੇ ਰਸਤੇ ਦੇ ਉੱਤੇ ਤੁਰਦਾ ਹੋਇਆ ਅਸਮਾਨ ਦਾ ਜੋ ਤਾਰਾ ਹੈ ਉਹ ਨਦੀ ਦੀਆਂ ਲਹਿਰਾਂ ਦੇ ਵਿੱਚ ਚਲਕਾਰੇ ਮਾਰਦਾ ਗਾ ਅਤੇ ਆਖਦਾ ਪੰਧ ਤੇਰਾ ਹੈ ਲੰਮਾ ਸਾਰਾ। ਕਹਿੰਦਾ ਕਿ ਤੇਰਾ ਪੰਧ, ਤੇਰਾ ਰਸਤਾ ਜੋ ਹੈ ਉਹ ਮੇਰੇ ਰਸਤੇ ਦੇ ਵਾਂਗ ਹੀ ਬਹੁਤ ਲੰਮਾ। ਅਤੇ ਨਾਲ ਹੀ ਕਹਿੰਦਾ ਕੀ ਕਹਿੰਦਾ, ਕਹਿੰਦਾ ਚੱਲ 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 ਕਹਿੰਦਾ ਜਾਏ ਨੀਰ ਨਦੀ ਦਾ ਵਹਿੰਦਾ ਜਾਏ। ਕਹਿੰਦਾ ਕਿ ਹੇ ਪਾਣੀ ਤੂੰ ਅੱਗੇ ਹੀ ਅੱਗੇ ਆਪਣੇ ਰਸਤੇ 'ਤੇ ਤੁਰਦਾ ਜਾ, ਤਾਂ ਹੀ ਤੇਰਾ ਰਸਤਾ ਜਿਹੜਾ ਉਹ ਮੁੱਕੇਗਾ। ਇਸ ਚੇਤਾਵਣੀ ਨੂੰ ਸੁਣਦਾ ਹੋਇਆ ਜੋ ਨਦੀ ਦਾ ਪਾਣੀ ਆ ਉਹ ਅੱਗੇ ਹੀ ਅੱਗੇ ਵਹਿੰਦਾ ਜਾ ਰਿਹਾ। ਨਾਲ ਸਮੁੰਦਰ ਸਾਕਾਦਾਰੀ ਵਿਛੜੇ ਮਿਲੇ ਹਜ਼ਾਰਾਂ ਵਾਰੀ, ਸਾਕਾਦਾਰੀ ਭਾਵ ਰਿਸ਼ਤੇਦਾਰੀ ਹੈ। ਤਾਂ ਕਵੀ ਕਹਿੰਦਾ ਹੈ ਕਿ ਨਦੀ ਦੇ ਪਾਣੀ ਦੀ ਸਮੁੰਦਰ ਦੇ ਪਾਣੀ ਦੇ ਨਾਲ ਰਿਸ਼ਤੇਦਾਰੀ ਹੈ। ਉਹ ਆਪਣੇ ਇਸ ਰਿਸ਼ਤੇਦਾਰ ਦੇ ਪਾਣੀ ਨਾਲ ਕਈ ਵਾਰ ਮਿਲਿਆ। ਰਿਸ਼ਤੇਦਾਰ ਕੌਣ ਹੈ? ਸਮੁੰਦਰ, ਭਾਵ ਕਿ ਸਮੁੰਦਰ ਦੇ ਪਾਣੀ ਨਾਲ ਕਈ ਵਾਰ ਮਿਲਿਆ ਅਤੇ ਕਈ ਵਾਰ ਉਸ ਨਾਲੋਂ ਵਿਛੜਿਆ ਗਾ। ਖਾ ਗਰਮੀ ਅਸਮਾਨੇ ਚੜ੍ਹਿਆ ਮੁੜ ਪਹਾੜ 'ਤੇ ਲਹਿੰਦਾ ਜਾਏ ਨੀਰ ਨਦੀ ਦਾ ਵਹਿੰਦਾ ਜਾਏ। ਤਾਂ ਕਹਿੰਦਾ ਕਿ ਕਈ ਵਾਰ ਨਦੀ ਦੇ ਪਾਣੀ ਦੇ ਨਾਲ ਵਿਛੜਿਆ, ਕਈ ਵਾਰ ਮਿਲਿਆ। ਸਮੁੰਦਰ ਵਿੱਚ ਮਿਲਣ ਤੋਂ ਪਿੱਛੋਂ ਨਦੀ ਦਾ ਇਹ ਪਾਣੀ ਸੂਰਜ ਦੀ ਗਰਮੀ ਖਾਂਦਾ, ਫਿਰ ਭਾਫ਼ ਦਾ ਰੂਪ ਧਾਰਨ ਕਰ ਲੈਂਦਾ ਅਤੇ ਬੱਦਲ ਬਣ ਕੇ ਅਸਮਾਨ 'ਤੇ ਜਾ ਚੜ੍ਹਦਾ ਅਤੇ ਫਿਰ ਪਹਾੜਾਂ ਦੇ ਉੱਪਰ ਮੀਂਹ ਦੇ ਰੂਪ ਵਿੱਚ ਜਾ ਕੇ ਵਰਦਾ। ਉੱਥੋਂ ਫਿਰ ਨਦੀ ਦਾ ਪਾਣੀ ਹੇਠਾਂ ਸਮੁੰਦਰ ਵੱਲ ਵਗਣਾ ਸ਼ੁਰੂ ਕਰ ਦਿੰਦਾ ਹੈਗਾ। ਇਸ ਤਰ੍ਹਾਂ ਜਿਹੜੀ ਆ ਉਸ ਦੀ ਸਮੁੰਦਰ ਨੂੰ ਮਿਲਣ ਦੀ ਦੌੜ ਜਿਹੜੀ ਆ ਉਹ ਲੱਗੀ ਰਹਿੰਦੀ ਆ। ਆਉਣਾ ਜਾਣਾ ਫੇਰੇ ਪਾਉਣਾ ਤੁਰਦਾ ਰਹਿਣਾ ਅੱਖ ਨਾ ਲਾਉਣਾ, ਅੱਖ ਨਾ ਲਾਉਣਾ ਭਾਵ ਸੌਣਾ ਨਹੀਂ ਆਰਾਮ ਨਹੀਂ ਕਰਨਾ ਗਾ। ਕਹਿੰਦਾ ਕਵੀ ਕਿ ਪਾਣੀ ਦਾ ਕੰਮ ਕੀ ਆ ਕਿ ਪਹਾੜ ਤੋਂ ਸਮੁੰਦਰ ਵੱਲ ਨੂੰ ਆਉਣਾ ਜਾਣਾ ਇਸ ਤਰ੍ਹਾਂ ਮੁੜ ਮੁੜ ਫੇਰੇ ਪਾਉਣਾ ਗਾ, ਭਾਵ ਕਿ ਇਸ ਚੱਕਰ ਦੇ ਵਿੱਚ ਆਉਣ ਜਾਣ ਦੀ ਗੇੜ ਦੇ ਵਿੱਚ ਇਹ ਪਿਆ ਰਹਿੰਦਾ ਗਾ। ਹੁਕਮਾਂ ਅੰਦਰ ਵਾਂਗ ਫੁਵਾਰੇ ਮੁੜ ਮੁੜ ਚੜ੍ਹਦਾ ਲਹਿੰਦਾ ਜਾਏ। ਤਾਂ ਇਸ ਤਰ੍ਹਾਂ ਇਹ ਚੱਲਦਾ ਰਹਿੰਦਾ, ਜ਼ਰਾ ਆਰਾਮ ਨਹੀਂ ਕਰਦਾ। ਤਾਂ ਹੁਕਮ ਕਿ ਆਪਣੇ ਮਾਲਕ ਦੇ ਹੁਕਮ ਦੇ ਵਿੱਚ ਬੱਝਿਆ ਹੋਇਆ ਗਾ ਅਤੇ ਫੁਆਰੇ ਦੇ ਵਾਂਗ ਚੜ੍ਹਦਾ ਲਹਿੰਦਾ ਰਹਿੰਦਾ ਗਾ, ਨੀਰ ਨਦੀ ਦਾ ਵਹਿੰਦਾ ਜਾਏ। ਇਸ ਤਰ੍ਹਾਂ ਨਦੀ ਦਾ ਪਾਣੀ ਵਹਿੰਦਾ ਹੀ ਜਾਂਦਾ,
कुछ इस तरह का हाल जिहड़ा गा मनुखी जीवन का है। तो मनुख भी इस संसार दे विच जिहड़ा गा जन्म लैंदा है ते फिर जिहड़ा उसकी मौत हो जाती है, भाव के आन जान के चक्कर दे विच आन जान के गेड़ दे विच जिहड़ा गा मनुख प्यार रहिंदा गा। तो नदी का पानी जिहड़ा गा वह पहाड़ों तो डिगदा है, ढहिंदा है, चक्कर खांदा है, तफे सहिंदा होया हेठां उतर के मैदानां दे विचों लगातार वहिंदा अपने रिश्तेदार जो समुद्र नूं जाके मिल जाता। फिर सूरज की गर्मी के नाल पाह बन जाता, पाह जिहड़ा बन के फिर बदलों के रूप में आसमाना ते जा चढ़दा है ते फिर पहाड़ां पर्वतों ते मीह के रूप में वर जाता है। उतों फिर अपने मालक का हुक्म लैके नदी के रूप में वहिंदा है, आन जान के चक्कर दे विच प्यार रहिंदा। इस तरह जिहड़ा गा मनुखी जीवन आ जिहड़ा कि जन्म मरण के चक्कर दे विच गेड़ दे विच प्यार रहिंदा। उम्मीद है कि बच्चों तुहानू इस कविता की व्याख्या समझ आ गई होवेगी।